ਮੀਆਂ ਜੀ ਬਾਦਰ ਖਨਾਣਾ ਬਾਜ ਗਿਆ ਜੁਗਾ। ਅੱਛਾ ਸਾਡੇ ਕੋਟ ਬਾਦਰ ਖਨਾਣਾ ਨਾ ਵੱਡਾ ਟੱਬਰ ਆ ਝੋਕੇ ਰਕਬੇ ਨਾਲ ਖੁੱਲੇ ਆ ਕਿਸੇ ਜ਼ਮਾਨੇ ਬਾਦਰ ਖਾਨ ਪਟਵਾਰੀ ਆਈ ਤਾਂ ਉਸ ਉੱਤੇ ਸਭਾ ਬਣਾ ਲਿਆ ਉਹਨਾਂ ਦਾ ਜੁਗਾ ਬਾਜ ਗਿਆ ਚੋਰਾ ਕਿਸੇ ਤੋਂ ਉਹਨਾਂ ਨੇ ਸ਼ੱਕ ਬਣ ਗਿਆ ਗੱਲਾਂ ਵਿੱਚ ਉਹਨਾਂ ਸਾਰਾ ਪਤਾ ਨਾ ਨਾ ਲੈਂਦੇ ਮੁੜ ਉਹਨਾਂ ਦੇ ਚੋਰ ਚਕਰੇ ਨੱਕ ਨੂੰ ਸਾਡੇ ਬਾਬੇ ਦਾ ਨਾਂ ਲਿਆ ਉਹਨਾਂ ਆਖਿਆ ਬਸ ਆ ਨਹੀਂ ਇਸ ਬੰਦੇ ਤੇ ਸ਼ੱਕ ਆ ਮੇਲਿਆਂ ਨੂੰ ਨਾ ਕੇ ਆਖਿਆ ਮੇਲਿਆਂ ਉਸ ਬੰਦੇ ਨੇ ਆਖਿਆ ਉਹ ਸੱਕ ਜੀ ਨਿਆ ਲੈ ਲਵੋ ਮੇਰੇ ਕੋਲ ਕੋਈ ਨਹੀਂ ਉਸ ਨੇ ਆਖ ਛੱਡਿਆ ਮੇਲਿਆਂ ਉਹਨਾਂ ਨੇ ਆਖ ਛੱਡਿਆ ਕੋਈ ਨਹੀਂ ਕੋਚ ਡਾਂਗ ਲੱਗੇ ਆ ਅੱਗਾ ਵਾਤਾ ਮੇਲਾ ਲੱਗਦਾ ਏ ਸ਼ਾਹ ਸ਼ਮਦੀ ਵਾਲਾ ਉਹ ਚੋਰ ਆਪ ਖੁਸ਼ਾਮਦੀ ਹੁੰਦੇ ਨਾ ਮੇਲਿਆਂ ਨੇ ਜੱਟ ਕਾ ਆਖਿਆ ਮੇਲਾ ਤਾਂ ਵਹਿਣਾ ਉਹਨਾਂ ਆਖਿਆ ਜੀ ਅਸੀਂ ਲੈ ਪੈਂਦੇ ਹਾਂ ਉਹਨਾਂ ਜਦ ਤੱਕ ਦੜਿਆ ਤੇ ਡਰ ਰਹੇ ਮੁੜ ਸਵਾਰੀਆਂ ਉੱਤੇ ਲੇਡੀਆਂ ਨਾਨ ਉਹ ਇਹਦੇ ਲੱਗੇ ਵੈਨ ਆ ਤੁਹਾਡੇ ਲੋਕ ਲਾਲਪੁਰੇ ਚ ਲੱਗਣਾ ਨਾ ਜਿਹੜਾ ਤੁਹਾਡੇ ਚੋ ਨਾਂਗਾ ਫਕੀਰ ਆਈ ਨੇ ਮੀਆਂ ਖੁਦਾ ਬਖਸ਼ ਸਾਹਿਬ ਨੂਨਾ ਦੇ ਵਿੱਚ ਇੱਕ ਨਾਂਗਾ ਫਕੀਰ ਆਈ ਮਜਜੂਬ ਤੇ ਸਾਲਿਆ ਕੇ ਵਲੀਆਂ ਦੀਆਂ ਦੋ ਕਿਸਮਾਂ ਹਨ ਨਾ ਮਜਜੂਬਾਂ ਵਿੱਚੋਂ ਆਈ ਬੜਾ ਪਹੁੰਚ ਵਾਲਾ ਬਜ਼ੁਰਗ ਆਈ ਉਹ ਇੱਥੇ ਬੈਠਾ ਤੇ ਇਹ ਕੋਲੋਂ ਲੱਗੇ ਉਹ ਜਿਹੜਾ ਉਹ ਚੋਰ ਆਈ ਨਾ ਉਸ ਆਖਿਆ ਬਾ ਆ ਫਕੀਰ ਦੀ ਕੋ ਖਿਦਮਤ ਕਰੀਏ ਸਿੱਕੇ ਹੁੰਦੇ ਹਨ ਉਸ ਰੁਪਈਆ ਕੱਢਿਆ ਤੇ ਉਸ ਨਾ ਅੱਗੋ ਕੇ ਫਕੀਰ ਨੂੰ ਪੇਸ਼ ਕੀਤਾ ਆ ਜੀ ਨਜ਼ਰਾਨਾ ਉਹ ਆ ਜਿਵੇਂ ਹੁਣ ਜਦ ਤੱਕ ਟਾਸ ਕਰਦੇ ਨਾ ਉਹ ਫਕੀਰ ਇੰਜ ਨਾ ਅੰਗੂਠਾ ਤਰਾਕੇ ਨੇ ਤੇ ਉਸਨੇ ਟਾਸ ਕਰਨਾ ਉਲ ਕੇ ਪਰਾਂ ਵਗਾਇਆ ਤੇ ਉਸ ਆਖਿਆ ਇਹ ਬਾਦਰ ਖਨਾਣੀ ਲੜਕੀ ਦਾ ਰੁਪਾ ਫਕੀਰ ਨਹੀਂ ਲੈਂਦਾ ਉਹ ਮੇਰੇ ਤੇ ਲੱਗ ਗਏ ਜਦ ਕਾ ਉਹ ਗੱਲ ਵੇਖੀ ਗਏ ਇਦੋ ਜਦ ਤੱਕ ਕੱਟੇ ਨਾ ਉਹਨਾਂ ਨੂੰ ਕੋਠੀ ਭੱਜ ਲਿਆ ਉਹ ਵਗੈਨ ਤੋਂ ਇੱਕ ਦੂਜੇ ਨੇ ਆਖਣ ਬਾਦਰ ਖਨਾਣੀ ਲੜਕੀ ਦਾ ਰੁਪਾ ਫਕੀਰ ਨਹੀਂ ਲੈਂਦਾ ਉਹ ਵੱਡੇ ਜਿਹੜੇ ਆ ਨੂੰ ਉਹਨਾਂ ਜਤਕਾ ਨੂੰ ਬੁਲਾਇਆ ਉਹਨਾਂ ਕਿਹਾ ਕੀ ਆਦੇ ਹੋ ਜਤਕਾ ਆਖਿਆ ਇੰਜ ਚਾਚੇ ਨਾਲ ਲੱਗੇ ਵਹਿੰਦੇ ਅਸੇ ਉੱਥੇ ਇੱਕ ਫਕੀਰ ਬੈਠਾ ਈ ਚਾਚੇ ਉਹਨੂੰ ਰੁਪਈਆ ਦਿੱਤਾ ਤੇ ਉਸ ਇੰਜ ਵਗਾ ਕੇ ਨਾਲ ਉਸ ਆਖਿਆ ਵੀ ਬਾਦਰ ਖਨਾਣੀ ਲੜਕੀ ਦਾ ਰੁਪਾ ਫਕੀਰ ਨਹੀਂ ਲੈਂਦਾ ਉਹਨਾਂ ਉਸ ਬੰਦੇ ਨੂੰ ਸੱਦਿਆ ਉਹਨਾਂ ਕਿਹਾ ਬਾ ਫਕੀਰ ਕੇ ਪਿਆ ਤੇ ਉਹ ਸਖੇ ਜੀ ਇੰਜ ਗੱਲ ਬੈ ਇਹ ਚੋਰ ਸੀ ਹਾਂ ਉਹਨੇ ਬਾਦਰ ਖਨਾਣਾ ਨੂੰ ਸੱਦਿਆ ਉਹਨੇ ਆਖਿਆ ਬਈ ਚੋਰੀ ਤੁਹਾਡੀ ਲੱਭ ਪਈ ਆ ਚੋਰੀ ਇਹ ਦਿੰਦੇ ਨੇ ਤੇ ਗੱਲ ਇਹ ਦੱਸੋ ਬਸ ਤੁਸਾਂ ਹੋਰ ਜੁਗਾ ਜੁਗਾ ਕਰਦੇ ਆਓ ਫਕੀਰ ਛੜਾ ਦਬ ਬਾਦਰ ਖਨਾਣੀ ਲੜਕੀ ਦਾ ਰੁਪਾ ਫਕੀਰ ਨਹੀਂ ਲੈਂਦਾ ਉਹਨੇ ਆਖਿਆ ਬਾ ਛੋਰੀ ਬਣਾਇਓ ਆਈ ਗੱਲਾ ਉਸ ਗੱਲੇ ਚ ਰੁਪਈਏ ਇਕੱਠੇ ਕਰਦੀ ਗਾਏ ਚੋਰ ਲੁੱਕੇ ਤੇ ਉਹ ਗੱਲਾਂ ਵੀ ਵੇਚ ਲੈਂਦੋ ਗਏ ਹਨ ਫਕੀਰ ਸੱਚਾ ਇਹ ਉਸ ਨੰਗੇ ਫਕੀਰ ਦੀ ਇਹ ਗੱਲ ਆਈ ਤੇ ਇਹ ਬਿਲਕੁਲ ਨਾ ਇਹਦੇ ਦੂਜੀ ਰਾਏ ਕੋਈ ਨਹੀਂ ਇਹ ਗੱਲ ਬਿਲਕੁਲ ਠੀਕ ਆਈ ਅਲਾਲਪੁਰ ਲੋਕ ਬੈਠੇ ਆ ਮੀਆਂ ਅਮਾਨ ਉੱਲਾ ਨੂਨ ਸਾਹਿਬ ਸਾਡੇ ਵਕੀਲ ਬਿਰਾ ਹਨ ਤੇ ਬੜੇ ਪਿਆਰੇ ਬਾਈ ਹਨ ਸੈਫ ਨੂਨ ਸਾਹਿਬ ਇਹਨਾਂ ਦੇ ਬਾਈ ਜਨਾਬ ਇਹਨਾਂ ਦੇ ਡੇਰੇ ਤੇ ਬੈਠੇ ਆ ਤੇ ਇਹ ਨੂਨਾਂ ਦਾ ਲੋਕ ਹੈ ਅਲਾਲਪੁਰ ਹੁਣ ਤਬਦੀਲ ਹੋਇਆ ਪਹਿਲਾਂ ਇਸ ਉਹਲੇ ਪਾਸੇ ਗੁਸਤਾਨਾ ਨਾਲ ਟਿੱਬੇ ਤੇ ਆਈ ਹੁਣ ਲੋਕਾਂ ਦੇ ਪਹਿਲੇ ਪਾਸੇ ਬੰਦ ਰਿਹਾ ਇੱਥੇ ਖੁਦਾਈ ਸ਼ੁਦਾਈ ਚ ਪੁਰਾਣੇ ਦੌਰ ਦੇ ਸਿੱਕੇ ਡੋਲੇ ਉਹ ਅਜੀ ਛੇ ਵੀ ਲੱਭਦੀਆਂ ਰਹੀਆਂ ਵੱਡਾ ਬਜ਼ੁਰਗ ਮੀਆਂ ਸ਼ਾਹ ਬੇਗ ਨੂਨ ਸਾਹਿਬ ਹਨ ਕੋਈ ਸ਼ਾਹ ਬੇਗ ਵਲੀ ਆਦਾ ਨੂਨ ਆਪ ਦਾਦਾ ਸ਼ਾਹ ਬੇਗ ਆਦਨ ਉਹ ਵੀ ਬੜੇ ਪਹੁੰਚ ਵਾਲੇ ਅੱਲਾ ਦੇ ਨੇਕ ਬੰਦੇ ਹਨ ਬਜ਼ੁਰਗ ਹਨ ਦੂਜਾ ਇਹਨਾਂ ਦੇ ਵਿੱਚ ਨੂਨਾਂ ਦੇ ਵਿੱਚ ਇੱਕ ਵੱਡਾ ਨਾਂ ਹੈ ਮੀਆਂ ਖੈਰ ਮੁਹੰਮਦ ਨੂਨ ਸਾਹਿਬ ਉਹਨਾਂ ਦਾ ਮਿਜ਼ਾਜ ਸ਼ਰੀਫ ਪਿੰਡੀ ਬਟੀਆਂ ਉੱਥੇ ਵੀ ਬੜੀ ਮੰਨਤਾ ਹੈ ਖਾਲਸਾ ਰਾਜ ਦੇ ਵਿੱਚ ਉਹ ਸਿੱਖਾਂ ਦੇ ਖਿਲਾਫ਼ ਕਿਸੇ ਮਾਜ਼ ਤੇ ਉਹ ਸ਼ਹੀਦ ਹੋਇਆ ਹਨ ਉਹਨਾਂ ਦਾ ਮਿਜ਼ਾਰ ਉੱਥੇ ਹੈ ਤਰੀਜਾ ਇੱਕ ਡਿੰਗਰੀ ਬਾਠੀ ਇੱਕ ਇਹਨਾਂ ਦਾ ਟੱਬਰ ਲੱਗ ਗਿਆ ਮੀਆਂ ਵਲੀ ਮੁਹੰਮਦ ਸਾਹਿਬ ਤੇ ਮੀਆਂ ਅਲੀ ਮੁਹੰਮਦ ਸਾਹਿਬ ਨੂਨ ਉਹ ਉਹਨਾਂ ਦਾ ਉੱਥੇ ਡਿੰਗਰੀ ਬਾਠੀ ਉੱਥੇ ਮਿਜ਼ਾਰ ਹੈ ਤੇ ਚੌਥਾ ਇੱਕ ਹੋਰ ਬੜਾ ਵੱਡਾ ਨਾਂ ਹੈ ਮੀਆਂ ਸ਼ੇਰ ਆਲਮ ਮੀਆਂ ਸ਼ੇਰ ਆਲਮ ਪੰਜਾਬੀ ਦੇ ਬੜੇ ਸਵਾਦੀ ਤੇ ਬੜੇ ਨਾਂ ਵਾਲੇ ਸ਼ਾਇਰ ਹਨ ਬੜੀ ਸੋਹਣੀ ਸ਼ੇਰਫੀ ਲਿਖੀ ਹੈ ਉਹਨਾਂ ਤੇ ਉਹਦੇ ਵਿੱਚ ਉਹਨਾਂ ਮਹੀਨੇ ਵੀ ਲਿਖੇ ਨੇ ਦਿਹਾੜੇ ਵੀ ਲਿਖੇ ਨੇ ਬੈਤ ਬੜੇ ਸੋਹਣੇ ਲਿਖੇ ਨਾ
ਅੱਗੋ ਮੁੜਨ ਇੱਕ ਹੋਰ ਇਹਨਾਂ ਦੇ ਨਾਲ ਸਾਡਾ ਰਹਿ ਜਾਂਦਾ ਵੀ ਇਹਨਾਂ ਨਾਲ ਲੈਣ ਦੇਣ ਬਈ ਇਹ ਸਾਡੇ ਮੁਰੀਦ ਹਨ ਅਸੀਂ ਇਹਨਾਂ ਦੇ ਮੁਰੀਦ ਹਾਂ ਇਹ ਸਾਡਾ ਇੱਕ ਦੂਜੇ ਨਾਲ ਸਾਡੀ ਜਿਹੜੀ ਇਹਨਾਂ ਪੀਰੀ ਮੁਰੀਦੀ ਵੀ ਚੱਲਦੀ ਪਈ ਸੁਲਤਾਨ ਬਿਲਕੁਲ ਬਿਲਕੁਲ ਇਹ ਬੜਾ ਸਵਾਦੀ ਟੱਬਰ ਹੈ ਨੂਨਾਂ ਦਾ ਬੜਾ ਸ਼ਰੀਫ ਟੱਬਰ ਹੈ ਬੜੇ ਸਵਾਦੀ ਇਹਨਾਂ ਦੇ ਨਾਲ ਤਲਕ ਹੈ ਤੇ ਲੋਕਾਂ ਤਾਂ ਵੀ ਬੜਾ ਅੱਲਾ ਪਾਕ ਦਾ ਮੇਹਰ ਹੈ ਖੈਰ ਹੈ ਤੇ ਇਹ ਨੂਨਾਂ ਦੇ ਨੂਨਾਂ ਵਿੱਚ ਹੋਰ ਵੀ ਬੜੇ ਬਜ਼ੁਰਗ ਹੈ ਇਹਨਾਂ ਦੇ ਹਰ ਨਸਲ ਵਿੱਚ ਕੋਈ ਨਾ ਕੋਈ ਇੱਕ ਵਲੀ ਇਹਨਾਂ ਚ ਰਹਿੰਦਾ ਨਾਲ ਇੱਥੇ ਸਰਦਾਰ ਦੀਆਂ ਵੀ ਸ਼ੇਰ ਸ਼ਾਹ ਉਹਨਾਂ ਦਾ ਮੇਲਾ ਵੀ ਲੱਗਦਾ ਇੱਕ ਵੱਡਾ ਨਾਂ ਹੈ ਇਸ ਹਵਾਲੇ ਨਾਲ ਅਲਾਲਪੁਰ ਫਕੀਰਾਂ ਦੇ ਲੋਕ ਆ ਇੱਥੇ ਫਕੀਰ ਅੱਲਾ ਦੇ ਵਲੀ ਹਨ ਇੱਥੇ ਬੈਠੇ ਅਸੀਂ ਆਖਿਆ ਗੱਲ ਕਰੀਏ ਤੇ ਉਹਨੇ ਜਿਹੜੀਆਂ ਤਰਾਵੇ ਹਸਤੀਆਂ ਨਾ ਮੀਆਂ ਸ਼ਾਹ ਬੇਗ ਸਾਹਿਬ ਮੀਆਂ ਖੈਰ ਮੋਹਨ ਸਾਹਿਬ ਮੀਆਂ ਸ਼ੇਰ ਆਲਮ ਸਾਹਿਬ ਇਹਨਾਂ ਸਾਰਿਆਂ ਤੇ ਇੱਕ ਇੱਕ ਪੂਰੀ ਵੀਡੀਓ ਬਣਦੀ ਆ ਕਿਸ ਵੇਲੇ ਇਨਸ਼ਾਅੱਲਾ ਅਸੀਂ ਤਫਸੀਲਨ ਗੱਲ ਕਰਾਂਗੇ ਵਕਤ ਤਸ਼ਰੀਫ ਲੈ ਆਓ ਨਾ ਜੀ ਅੱਜ ਤਾਂ ਮੁਖਤਸਰ ਟਾਈਮ ਜੀ ਜ਼ਰੂਰ ਜ਼ਰੂਰ ਜਿੰਦੇ ਵਸਤੇ ਰਵੋ ਜੁਗ ਜੁਗ ਜੀਓ ਹਯਾਤੀਆਂ ਮਾਣੋ ਚੜ੍ਹਦੀ ਕਲਾ ਸਭ ਦੀ ਖੈਰ ਸਭ ਦਾ ਭਲਾ ਰੱਬ ਰੱਖ